ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਭਗਤ ਮਾਜਰਾ ਵਿਖੇ ਸਰਦਾਰ ਭਗਤ ਸਿੰਘ ਜੀ ਜੋ ਕਿ ਆਪਣੇ ਸਪੁੱਤਰ ਸਰਦਾਰ ਸੁਖਮਨ ਸਿੰਘ ਭੰਬੂ ਉਹਨਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਅਸੀਂ ਅੱਜ ਕੱਲ੍ਹ ਜਨਮ ਦਿਨ ਆਮ ਕੇਕ ਕੱਟ ਕੇ ਬ੍ਰੈਡ ਖਾ ਕੇ ਮਨਾ ਲੈਂਦੇ ਹਾਂ, ਪਰ ਕਿਸੇ ਦੇ ਭਲੇ ਲਈ ਸਾਡਾ ਜੀਵਨ ਕੰਮ ਆਵੇ, ਬਹੁਤ ਹੀ ਵਧੀਆ ਕਾਰਜ ਉਹਨਾਂ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ ਕਿ ਖੂਨਦਾਨ ਕੈਂਪ ਉਹਨਾਂ ਦੇ ਜਨਮ ਦਿਨ ਮੌਕੇ ਲਗਾਇਆ ਜਾਂਦਾ ਤਾਂ ਕਿ ਹੋਰ ਮਨੁੱਖਤਾ ਦਾ ਕਿਸੇ ਦਾ ਭਲਾ ਹੋ ਸਕੇ। ਉੱਤੇ ਹੀ ਕੇਲੇ ਰੱਖ ਕੇ ਖੜ ਜਾ। ਹਾਂਜੀ ਬਾਬਾ ਜੀ, ਅੱਜ ਖੂਨਦਾਨ ਕੈਂਪ ਵਿੱਚ ਪਹੁੰਚੇ ਹੋ, ਭਗਤ ਮਾਜਰੇ ਕੀ ਕਹਿਣਾ ਚਾਹੁੰਦੇ ਆ ਜੀ? ਮੈਂ ਭਾਈ ਹਰਜੀਤ ਸਿੰਘ ਹਰਮਨ ਗੁਰਦੁਆਰਾ ਗੜੀ ਪੋਟਕਾ ਸਾਹਿਬ ਤੋਂ ਸਮੂਹ ਸੇਵਾਦਾਰ ਸਰਦਾਰ ਭਗਤ ਸਿੰਘ ਆਪਣੇ ਬੇਟੇ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹ ਖੂਨਦਾਨ ਕੈਂਪ ਲਗਾ ਰਿਹਾ, ਜਿਸ ਵਿੱਚ ਸਾਰੀ ਗੁਰਦੁਆਰੇ ਟੀਮ ਇੱਥੇ ਪਹੁੰਚੀ ਆ। ਸੋ ਪਹਿਲਾਂ ਤਾਂ ਅਸੀਂ ਭਗਤ ਸਿੰਘ ਨੂੰ ਅਤੇ ਉਹਨਾਂ ਦੇ ਬੇਟੇ ਸਰਦਾਰ ਸੁਖਮਨ ਸਿੰਘ ਭੰਬੂ ਦੇ ਜਨਮ ਦਿਨ ਦੀ ਅਸੀਂ ਇਹਨਾਂ ਨੂੰ ਮੁਬਾਰਕਾਂ ਦਿੰਦੇ ਹਾਂ, ਅਤੇ ਦੂਜਾ ਜੋ ਇਹਨਾਂ ਨੇ ਖੂਨਦਾਨ ਦਾ ਕੈਂਪ ਲਾਇਆ ਹੈ ਇਹ ਬਹੁਤ ਵਧੀਆ ਉਪਰਾਲਾ, ਚੰਗਾ। ਸਾਰੇ ਜੋ ਵੀ ਇੱਥੇ ਆਪਣੇ ਆਪਣੇ ਜਨਮ ਦਿਨ ਮਨਾਉਂਦੇ ਆ, ਕੋਈ ਕੇਕ ਕੱਟਦਾ, ਕੋਈ ਕੁਛ ਕਰਦਾ, ਲੇਕਿਨ ਜਿਹੜਾ ਇਹ ਉਪਰਾਲਾ ਸਮਾਜ ਸੇਵਾ ਲਈ ਜੋ ਇਹਨਾਂ ਨੇ ਕੀਤਾ ਉਹ ਇਹ ਵਧਾਈ ਦੇ ਪਾਤਰ ਆ। ਸੋ ਅਸੀਂ ਇਹਨਾਂ ਨੂੰ ਮੁਬਾਰਕਾਂ ਦਿੰਦੇ ਹਾਂ, ਸੋ ਸਾਰੀ ਟੀਮ ਵੱਲੋਂ ਇਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਭਗਤ ਸਿੰਘ ਜੀ ਕਿੰਨੇ ਸਾਲਾਂ ਤੋਂ ਲਗਾ ਰਹੇ ਹੈ ਆਪਣੇ ਕੈਂਪ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਉਪਰਾਲਾ ਹੈ ਇਹ ਜਦੋਂ ਕਰੋਨਾ ਟਾਈਮ 'ਚ ਖੂਨਦਾਨ ਦੀ ਬੜੀ ਲੋੜ ਪਈ ਹੈ, ਬੜੇ ਕੈਂਪ ਲੱਗੇ, ਉਸ ਟਾਈਮ ਅਸੀਂ ਗੁਰਦੁਆਰਾ ਗੜੀ ਭਾਲਕਾ ਸਾਹਿਬ ਵਿਖੇ ਲੰਗਰ ਦੀ ਸੇਵਾ ਕਰਦੇ ਸਨ, ਜੋ ਕਿ ਉੱਥੇ ਸਮੁੱਚੀ ਟੀਮ ਹੈ ਗੁਰਦੁਆਰਾ ਗੜੀ ਭਾਲਕਾ ਸਾਹਿਬ ਜਿਨ੍ਹਾਂ ਦੀ ਪ੍ਰੇਰਨਾ ਦੇ ਸਦਕਾ ਪਿਛਲੇ 2-3 ਸਾਲਾਂ ਤੋਂ ਇਹ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ, ਜੋ ਕਿ ਮਾਨਤਾ ਦੀ ਸੇਵਾ ਲਈ ਇੱਕ ਚੰਗਾ ਉਪਰਾਲਾ ਹੈ। ਮੈਂ ਸਭ ਸੰਗਤ ਨੂੰ ਬੇਨਤੀ ਕਰਦਾ ਕਿ ਆਪਣੇ ਜੋ ਆਪਾਂ ਜਨਮਦਿਨ ਮਨਾਉਂਦੇ ਹਾਂ, ਜੋ ਖੁਸ਼ੀ ਦਿਹਾੜੇ ਮਨਾਉਂਦੇ, ਉਹਨਾਂ ਵਿੱਚ ਕੁਛ ਨਾ ਕੁਛ ਸਮਾਜ ਸੇਵਾ ਵਾਸਤੇ ਵੀ ਆਪਾਂ ਕਾਰਜ ਕਰੀਏ। ਕਿ ਖੂਨਦਾਨ ਦਾ ਉਪਰਾਲਾ ਜੋ ਕਿ ਗੁਰਦੁਆਰਾ ਗੜੀ ਭਾਲਕਾ ਦੀ ਟੀਮ ਦੇ ਸਮੂਹ ਸਹਿਯੋਗ ਦੇ ਨਾਲ ਲਗਾਇਆ ਗਿਆ ਹੈ, ਜਿਸ ਵਿੱਚ ਭਾਈ ਰਵਿੰਦਰ ਸਿੰਘ ਵੀਰਪੁਰ ਦਾ ਵੀ ਵਿਸ਼ੇਸ਼ ਖਾਲਸਾ ਚੈਨਲ ਦਾ ਯੋਗਦਾਨ ਹੈ, ਜਿਨ੍ਹਾਂ ਦੇ ਉਦਮ ਸਦਕਾ ਪ੍ਰੇਰਨਾ ਸਦਕਾ ਆਪਾਂ ਇਹ ਲਗਾ ਰਹੇ ਹਾਂ। ਸੋ ਮੈਂ ਸਭ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਖੂਨਦਾਨ ਕਰੀਏ, ਲੋੜਵੰਦਾਂ ਦੀ ਸੇਵਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਜੀ ਨਾਗਰਾ ਪਹੁੰਚੇ ਨੇ, ਜੋ ਕਿ ਭਗਤ ਸਿੰਘ ਜੀ ਦੇ ਵੱਲੋਂ ਪ੍ਰੋਗਰਾਮ ਰੱਖਿਆ ਗਿਆ, ਸਰਦਾਰ ਗੁਰਵਿੰਦਰ ਸਿੰਘ ਜੀ ਅੱਲਾਪੁਰ ਤੋਂ ਬਾਬਾ ਜੀ ਦੇ ਨਾਲ, ਅਤੇ ਗੁਰਦੀਪ ਸਿੰਘ ਜੀ ਸੰਗਤਪੁਰੇ ਤੋਂ, ਬਲਵਿੰਦਰ ਸਿੰਘ ਜੀ ਰਕੌਲੀ ਤੋਂ, ਅਤੇ ਹੋਰ ਸਿਮਰਜੀਤ ਸਿੰਘ, ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਜੋ ਹਾਜ਼ਰੀ ਭਰ ਰਹੀਆਂ ਨੇ। ਇੱਕ ਖੂਨਦਾਨ ਕੈਂਪ ਹੈ ਜੋ ਬਾਹਰ ਚੱਲ ਰਿਹਾ ਜੀ। ਸੋ ਭਗਤ ਮਾਜਰਾ ਦੇ ਜਿੰਨੇ ਵੀਰ ਨਿਵਾਸੀ ਨੇ ਅਤੇ ਇਲਾਕਾ ਵਾਸੀ ਜੋ ਸਮਾਜ ਸੇਵਾ ਦੇ ਖੇਤਰ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ, ਜਿਨ੍ਹਾਂ ਵੀਰਾਂ ਨੇ ਅੱਜ ਖੂਨਦਾਨ ਕੀਤਾ, ਇੱਕ ਬੂੰਦ ਵੀ ਸਾਡੀ ਕਿਸੇ ਦੇ ਜੀਵਨ ਦੇ ਲਈ ਮਹੱਤਵਪੂਰਨ ਹੋ ਸਕਦੀ ਹੈ। ਸੋ ਖੂਨਦਾਨ ਮਹਾਂਦਾਨ ਤਾਂ ਹੀ ਕਿਹਾ ਜਾਂਦਾ, ਇਸ ਦੇ ਲਈ ਸਾਨੂੰ ਬਹੁਤ ਜ਼ਰੂਰਤ ਹੈ। ਸੋ ਭਗਤ ਮਾਜਰੇ ਵੀ ਅੱਜ ਖੂਨਦਾਨ ਕੈਂਪ ਹੈ ਜੋ ਚਲਾਇਆ ਜਾ ਰਿਹਾ ਹੈ,